ਸਰ ਆਪਾਂ ਗਮਾਡਾ ਤੋਂ ਆਕਸ਼ਨ ਦੇ ਵਿੱਚ ਸਾਈਟ ਲਈ ਸੀ, ਟੋਟਲ ਇਹ 5 acres ਦੀ ਸਾਈਟ ਆਪਣੇ ਕੋਲ। ਇਹਦੇ ਵਿੱਚ ਆਪਾਂ 2 categories ਦੇ ਵਿੱਚ ਚੀਜ਼ਾਂ ਬਣਾ ਰਹੇ ਹਾਂ, ਇੱਕ ਆਪਣੇ ਕੋਲ ਹੈਗੀਆਂ ਸ਼ੋਪਸ ਅਤੇ ਇੱਕ ਹੈਗੇ ਨੇ ਸ਼ੋਰੂਮਸ। 400 ਦੇ ਆਸ ਪਾਸ ਆਪਣੇ ਕੋਲ ਨੰਬਰ ਆਫ ਯੂਨਿਟਸ ਹੈਗੀਆਂ ਜੀ। ਜਿਹੜੀ ਹਾਈਟ ਆ ਗਰਾਊਂਡ ਫਲੋਰ ਆਪਾਂ ਪੂਰੇ ਪ੍ਰੋਜੈਕਟ ਦਾ ਹੀ ਡਬਲ ਹਾਈਟ ਬਣਾ ਰਹੇ ਹਾਂ, ਸਭ ਦਾ 2x2 ਤੇ ਲੈਂਟਰ ਰਹੇਗਾ, ਨਾਲ ਤੁਹਾਡੀ ਬੇਸਮੈਂਟ ਆ। 24x7 ਪਾਵਰ ਬੈਕਅਪ ਰਹੇਗਾ ਆਪਣਾ, 24x7 ਆਪਣਾ ਵਾਟਰ ਬੈਕਅਪ ਹੈਗਾ ਆਪਣੇ ਕੋਲ। 1 crore rupees ਤੋਂ ਸ਼ੁਰੂ ਹੋ ਜਾਂਦੀ ਆ, ਮੈਕਸੀਮਮ 15 crore rupees ਤੱਕ ਦੀ ਇਨਵੈਸਟਮੈਂਟ ਹੈਗੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਸਾਰੇ ਮਿੱਤਰ ਚਾਹੁੰਦੇ ਆ ਵੀ ਮੁਹੱਲੀ ਦੇ ਵਿੱਚ ਅਸੀਂ ਇਨਵੈਸਟਮੈਂਟ ਕਰੀਏ। ਇਨਵੈਸਟਮੈਂਟ ਇਹੋ ਜਿਹੀ ਕਰੀਏ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜ਼ਿਆਦਾ ਰਿਟਰਨ ਦੇਵੇ, ਅਤੇ ਅੱਜ ਉਸੇ ਤਰ੍ਹਾਂ ਦਾ ਇੱਕ ਪ੍ਰੋਜੈਕਟ ਲੈ ਕੇ ਆਏ ਹਾਂ ਜਿਹੜਾ ਕਿ ਐਰੋ ਪਲਾਜ਼ਾ ਦਾ ਪ੍ਰੋਜੈਕਟ ਹੈ, ਰੇਰਾ ਅਪਰੂਵਡ ਹੈ, ਬਿਲਕੁਲ ਏਅਰਪੋਰਟ ਚੌਂਕ ਦੇ ਨੀਅਰ। ਇੱਧਰ ਏਅਰਪੋਰਟ ਚੌਂਕ ਹੈ ਅਤੇ ਇੱਧਰ ਪਟਿਆਲਾ ਚੌਂਕ ਨੂੰ ਕਨੈਕਟ ਕਰਦਾ ਇਹ ਰੋਡ, ਅਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਮੁਹੱਲੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈਗਾ, ਅਤੇ ਅੱਜ ਦਾ ਉਹ ਸਮਾਂ ਹੈਗਾ ਵੀ ਜੇ ਤੁਸੀਂ ਅੱਜ ਮੁਹੱਲੀ ਦੇ ਵਿੱਚ ਇਨਵੈਸਟ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਰਿਟਰਨ ਪਾ ਸਕਦੇ ਹੋ। ਆ ਜਾਓ ਦੋਸਤੋ, ਹੁਣ ਤੁਹਾਨੂੰ ਐਰੋ ਪਲਾਜ਼ਾ ਦੀ ਇਕੱਲੀ ਇਕੱਲੀ ਡਿਟੇਲ ਦਿੰਦੇ ਹਾਂ, ਕਿੰਨੇ ਇੱਥੇ ਸ਼ੋਰੂਮ ਹੋਣਗੇ, ਕਿੰਨੀਆਂ ਦੁਕਾਨਾਂ ਹੋਣਗੀਆਂ, ਕੀ ਤੁਹਾਨੂੰ ਫੈਸਿਲਿਟੀਆਂ ਮਿਲਣਗੀਆਂ, ਜੇ ਤੁਸੀਂ ਇੱਥੇ ਕੋਈ ਸ਼ੋਰੂਮ ਲੈਂਦੇ ਹੋ ਤਾਂ ਉਹਨੂੰ ਰੈਂਟ 'ਤੇ ਦੇਣ ਵਾਸਤੇ ਕੀ ਤੁਹਾਨੂੰ ਅਸਿਸਟੈਂਸ ਮਿਲੂਗੀ। ਆ ਜਾਓ ਆਪਾਂ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਮੈਮ, ਸਭ ਤੋਂ ਪਹਿਲਾਂ ਤਾਂ ਨਾ ਐਰੋ ਪਲਾਜ਼ਾ ਦੀ ਆਪਾਂ ਲੋਕੇਸ਼ਨ ਦੱਸ ਦਈਏ ਜੀ, ਕਿੱਥੇ ਪੈਂਦਾ ਜੀ ਇਹ? ਸਰ ਜਿਹੜਾ ਆਪਣਾ ਪ੍ਰੋਜੈਕਟ ਜਿਹੜਾ ਹੈਗਾ ਇਹ ਆਪਣਾ ਐਰੋ ਸਿਟੀ ਦੇ ਜੀ ਬਲੋਕ ਦੇ ਵਿੱਚ ਪੈਂਦਾ ਜੀ। ਏਅਰਪੋਰਟ ਰੋਡ ਦੇ ਉੱਤੇ ਨਾ ਜਿੰਨੇ ਵੀ ਬਲੋਕਸ ਹੈਗੇ ਨੇ ਏ ਤੋਂ ਲੈ ਕੇ ਜੇ ਤੱਕ ਐਰੋ ਸਿਟੀ ਦੇ ਸਾਰੇ ਬਲੋਕਸ ਕੱਟੇ ਹੋਏ ਨੇ, ਰਾਈਟ ਸਰ? ਹਰ ਬਲੋਕ ਦਾ ਜਿੱਦਾਂ ਆਪਾਂ ਕਹਿ ਸਕਦੇ ਹਰ ਬਲੋਕ ਦੇ ਫਰੰਟ ਦੇ ਵਿੱਚ ਕਮਰਸ਼ੀਅਲ ਆ, ਇਹ ਐਰੋ ਸਿਟੀ ਦੇ ਜੀ ਬਲੋਕ ਦੇ ਵਿੱਚ ਪੈ ਜਾਂਦਾ ਜੀ। ਜੇ ਆਪਾਂ ਏਅਰਪੋਰਟ ਰੋਡ ਤੋਂ ਆਉਂਦੇ ਹਾਂ ਸਰ ਤਾਂ ਜਿਹੜੀ ਜੀ ਬਲੋਕ ਦੀ ਐਂਟਰੀ ਹੈਗੀ ਆ ਇਹ ਸਾਈਟ ਦੀ ਐਂਟਰੀ ਬਿਲਕੁਲ ਰੋਡ ਦੇ ਬਿਲਕੁਲ ਆਪਣੇ ਪ੍ਰੋਜੈਕਟ ਦੇ ਸਾਹਮਣੇ ਹੈਗੀ। ਠੀਕ ਹੈ, ਮੇਨ ਮਤਲਬ ਆਪਣੇ ਬਿਲਕੁਲ ਆਪਣੇ ਪ੍ਰੋਜੈਕਟ ਦੇ ਸਾਹਮਣੇ ਐਂਟਰੈਂਸ ਪੈ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਇਹ ਆਪਾਂ ਜੇ ਸਰ ਸਾਈਟ ਦੀ ਗੱਲ ਕਰੀਏ ਤਾਂ ਟੋਟਲ ਆਪਣੇ ਕੋਲ 5 acres ਦੀ ਲੈਂਡ ਆਏ। ਠੀਕ ਹੈ, ਟੋਟਲ 5 acres ਦੀ ਹੈ। ਮੈਮ ਫਰੰਟ ਕਿੰਨਾ ਲੱਗਦਾ ਜੀ? ਫਰੰਟ ਅਪਰੋਕਸ ਸਰ 3 acres ਦਾ ਫਰੰਟ ਆ। 3 acres ਦਾ ਫਰੰਟ, ਹਾਂਜੀ। ਇਹ ਸਰ ਗਮਾਡਾ ਦਾ ਪ੍ਰੋਜੈਕਟ ਹੈ, ਜਿਸ ਆਪਾਂ ਗਮਾਡਾ ਤੋਂ ਲੈਂਡ ਬਾਈ ਕੀਤੀ ਹੋਈ ਆਪਾਂ ਇਹ, ਅਤੇ ਹੁਣ ਇਹ ਪ੍ਰੋਪਰਲੀ 100% ਰੇਰਾ ਅਪਰੂਵਡ ਪ੍ਰੋਜੈਕਟ ਆਪਣਾ ਜਿਹੜਾ ਹੈਗਾ। ਇਹਦੇ ਵਿੱਚ ਆਪਾਂ ਜੇ ਨੰਬਰ ਆਫ ਯੂਨਿਟਸ ਦੀ ਗੱਲ ਕਰੀਏ ਤਾਂ ਅਪਰੋਕਸ 400 ਦੇ ਆਸ ਪਾਸ ਆਪਾਂ ਨੰਬਰ ਆਫ ਯੂਨਿਟਸ ਬਣਾ ਰਹੇ ਇਹਦੇ ਵਿੱਚ। ਮੈਮ, ਉਹ ਸ਼ੋਪਸ ਅਤੇ ਸ਼ੋਰੂਮ ਆਏਗੇ? ਹਾਂਜੀ, ਦੋ ਹੀ ਕੈਟੇਗਰੀ ਨੇ ਸਰ, ਇੱਕ ਆਪਣੇ ਕੋਲ ਸ਼ੋਪਸ ਨੇ ਅਤੇ ਇੱਕ ਆਪਣੇ ਕੋਲ ਸ਼ੋਰੂਮਸ ਨੇ। ਠੀਕ ਹੈ ਜੀ। ਮੈਂ ਤੁਹਾਨੂੰ ਇੱਕ ਵਾਰੀ ਥੋੜ੍ਹਾ ਮੈਪ ਤੋਂ ਐਕਸਪਲੇਨ ਕਰ ਦਿੰਦੀ ਹਾਂ ਜਿੱਦਾਂ ਨਾ ਕਿ ਚੀਜ਼ਾਂ ਹੈਗੀਆਂ ਨੇ ਜੀ। ਆਪਾਂ ਇਹ 3 blocks ਜਿਹੜੇ ਹੈਗੇ ਨੇ ਇਹ ਹੈਗੇ ਨੇ ਸਰ ਸ਼ੋਪਸ ਦੇ ਜੀ। ਇਹ ਬਲੋਕ ਹੈਗਾ 9x33 ਦਾ, ਇਹਦਾ ਸਾਈਜ਼ ਜਿਹੜਾ ਹੈਗਾ ਜੀ, ਇਹਦੀ ਜਿਹੜੀ ਹਾਈਟ ਆ ਗਰਾਊਂਡ ਫਲੋਰ ਆਪਾਂ ਪੂਰੇ ਪ੍ਰੋਜੈਕਟ ਦਾ ਹੀ ਡਬਲ ਹਾਈਟ ਬਣਾ ਰਹੇ ਹਾਂ, ਸਭ ਦਾ 2x2 ਤੇ ਲੈਂਟਰ ਰਹੇਗਾ, ਨਾਲ ਤੁਹਾਡੀ ਬੇਸਮੈਂਟ ਆ ਜੀ। ਬੇਸਮੈਂਟ ਤੁਹਾਡੀ ਜਿਹੜੀ ਇੰਡੀਵਿਜੁਅਲ ਤੁਹਾਡੀ ਬੇਸਮੈਂਟ ਰਹੇਗੀ, ਉਹਦੀ ਐਂਟਰੀ ਅੰਦਰ ਵਾਲੀ ਸਾਈਡ ਤੋਂ ਹੈਗੀ, ਇੰਟਰਨਲ ਐਂਟਰੀ। ਹਾਂਜੀ, ਇੰਟਰਨਲ ਐਂਟਰੀ ਆ ਜੀ। ਇਹ ਬਲੋਕ ਹੈਗਾ 9x33 ਦਾ ਸਰ, ਇਹ ਵੀ ਸ਼ੋਪਸ ਨੇ। ਫਿਰ ਆਪਾਂ ਗੱਲ ਕਰਦੇ ਆ ਇਹ ਦੋਨੋਂ ਬਲੋਕ ਹੈਗੇ ਨੇ 10x36 ਦੇ, 10x36 ਇਹ ਸ਼ੋਪਸ 'ਚ ਹੀ ਕੰਸੀਡਰ ਹੁੰਦੇ ਨੇ ਸਾਰੇ ਜੀ। ਠੀਕ ਹੈ ਸਰ, ਸ਼ੋਪਸ ਦੇ ਦੋ ਸਾਈਜ਼ ਆ ਕੇ ਆਪਣੇ ਕੋਲ 9x33 ਤੇ 10x36 ਜੀ। ਸੇਮ ਐਜ਼ ਇਟ ਇਜ਼, ਇਹਦੀ ਵੀ ਗਰਾਊਂਡ ਫਲੋਰ ਡਬਲ ਹਾਈਟ ਵਿਦ ਬੇਸਮੈਂਟ ਆ ਗਿਆ ਜੀ, ਤੇ ਫਸਟ ਫਲੋਰ। ਇਹ ਆਪਾਂ ਇੰਡੀਵਿਜੁਅਲ ਕੋਈ ਵੀ ਬੰਦਾ ਬਾਏ ਕਰਨਾ ਚਾਹੁੰਦਾ ਇੰਡੀਵਿਜੁਅਲ ਬਾਏ ਕਰ ਸਕਦਾ, ਕਿਸੇ ਦਾ ਇੰਟਰਸਟ ਆ, ਕਿਸੇ ਦਾ ਥੋੜ੍ਹਾ ਬਜਟ ਹੈਗਾ, ਬੰਦਾ ਕਹਿੰਦਾ ਨਹੀਂ ਜੀ ਸਾਡਾ ਡ੍ਰੀਮ ਆ ਕਿ ਸਾਡਾ ਏਅਰਪੋਰਟ ਰੋਡ ਦੇ ਉੱਤੇ ਇੱਕ ਸਾਡੇ ਕੋਲ ਨੰਬਰ ਕੋਈ ਯੂਨਿਟ ਹੋਣੀ ਚਾਹੀਦੀ ਆ, ਸਾਡੇ ਕੋਲ ਕੋਈ ਪ੍ਰੋਪਰਟੀ ਹੋਣੀ ਚਾਹੀਦੀ ਆ, ਤਾਂ ਬੰਦਾ ਥੋੜ੍ਹੀ ਇਨਵੈਸਟਮੈਂਟ ਕਰਕੇ ਸਿਰਫ ਫਸਟ ਫਲੋਰ ਵੀ ਲਾ ਸਕਦਾ ਜੀ। ਲੋਕਾਂ ਨੂੰ ਹੁੰਦਾ ਕਿ ਫਸਟ ਫਲੋਰ ਸ਼ਾਇਦ ਰੈਂਟ 'ਤੇ ਨਹੀਂ ਚੜ੍ਹਦੇ ਆ ਨਾ ਸਰ, ਇਹ ਪ੍ਰੋਬਲਮਸ ਹੁੰਦੀਆਂ ਨੇ। ਅਸੀਂ ਫਸਟ ਫਲੋਰ ਨੂੰ ਪੂਰੀ ਪ੍ਰਾਇੋਰਟੀ ਦੇਣ ਦੇ ਲਈ ਅਸੀਂ ਉਹਨਾਂ ਨਾਲ ਵੀ ਲਿਫਟਸ ਲਗਾ ਕੇ ਦਿੱਤੀਆਂ ਨੇ। ਠੀਕ ਹੈ ਜੀ, ਮਤਲਬ ਇੱਕ ਫਲੋਰ ਤਾਂ ਇਹ ਵੀ ਆਪਾਂ ਨੂੰ ਲਿਫਟ ਮਿਲੂਗੀ ਸਾਰੇ ਕਿਤੇ ਉੱਥੇ, ਸਟੇਅਰਕੇਸ ਦੋਨੋਂ ਸਾਈਡ ਤੇ ਆ ਸਰ ਜੀ, ਤੇ ਲਿਫਟਸ ਨਾਲ ਦੋ ਲਿਫਟਸ ਵੀ ਬਣਾਈਆਂ ਹੋਈਆਂ ਨੇ ਸ਼ੋਪਸ ਦੇ ਨਾਲ ਵੀ। ਠੀਕ ਹੈ। ਬਾਕੀ ਸਰ ਜਿਹੜੇ ਇਹ ਵਾਲਾ ਬਲੋਕ ਹੈ ਤੇ ਇਹ ਸਾਰੇ ਸ਼ੋਰੂਮਸ ਆ ਗਏ, ਇਹ ਵਾਲੇ ਵੀ ਸਾਰੇ ਸ਼ੋਰੂਮ, ਫਸਟ ਫਲੋਰ ਸਾਰਾ ਕਨੈਕਟਡ ਆ ਸਰ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ, ਜੋ ਕਿ ਬੰਦਾ ਇੱਧਰੋਂ ਚੜ੍ਹਦਾ ਬੰਦੇ ਨੇ ਸ਼ੋਰੂਮ 'ਚ ਜਾਣਾ ਉਸ ਵਾਲੀ ਸਾਈਡ ਜਾਣਾ ਤਾਂ ਉਹਨੂੰ ਨੀਚੇ ਆਉਣ ਦੀ ਜ਼ਰੂਰਤ ਨਹੀਂ, ਯੂ ਸ਼ੇਪ 'ਚ ਘੁੰਮ ਸਕਦਾ। ਬਿਲਕੁਲ ਸਰ, ਬਸ ਇਹ ਆਪਣਾ ਯੂ ਸ਼ੇਪ 'ਚ ਵਿੱਚ ਘੁੰਮ ਸਕਦਾ ਹੋ ਜੀ। ਮੈਮ, ਜੇ ਗੱਲ ਕਰੀਏ ਇਸ ਤੋਂ ਇਲਾਵਾ ਆਪਾਂ ਸਾਈਡ 'ਤੇ ਵੀ ਗੱਲ ਕਰਾਂਗੇ, ਹੋਰ ਆਪਾਂ ਨੂੰ ਕੀ ਫੈਸਿਲਿਟੀ ਜਿਹੜੀਆਂ ਦੇ ਨਾਲ ਆਪਾਂ ਨੂੰ ਮਿਲਣਗੀਆਂ ਜੀ?
ਸਰ ਦੇਖੋ ਜਿਵੇਂ ਮੈਂ ਤੁਹਾਨੂੰ ਸ਼ੋਪਸ ਦੇ ਨਾਲ ਦੱਸਿਆ, ਸਰਾਊਂਡਿੰਗ ਦੇ ਵਿੱਚ ਕਿਤੇ ਵੀ ਤੁਹਾਨੂੰ ਸ਼ੋਪਸ ਦੇ ਨਾਲ ਲਿਫਟਸ ਨਹੀਂ ਮਿਲਣਗੀਆਂ, ਆਪਾਂ ਸ਼ੋਪਸ ਦੇ ਨਾਲ ਵੀ ਲਿਫਟ ਦੇ ਰਹੇ ਹਾਂ, ਆਪਾਂ ਹਰ ਦੋ ਸ਼ੋਰੂਮਸ ਦੇ ਨਾਲ ਇੰਡੀਵਿਜੁਅਲ ਲਿਫਟ ਆਪਣੇ ਕੋਲ ਜਿਹੜੀ ਆਪਾਂ ਦੇ ਰਹੇ ਹਾਂ। ਬਾਕੀ ਸਰ 24/7 ਪਾਵਰ ਬੈਕਅਪ ਰਹੇਗਾ ਆਪਣਾ, 24/7 ਆਪਣਾ ਵਾਟਰ ਬੈਕਅਪ ਹੈਗਾ। ਠੀਕ ਹੈ ਜੀ। ਨੋਰਮਲ ਪ੍ਰੋਜੈਕਟਸ ਦੇ ਵਿੱਚ ਕੀ ਹੁੰਦਾ ਸਰ ਕਿ ਜਿਵੇਂ ਇਹਨਾਂ ਦੀ ਗਰਾਊਂਡ 'ਤੇ ਫਸਟ ਦੀ ਹਾਈਟ ਹੈਗੀ ਆ, ਇਹ ਹੈਗੇ ਨੇ 4 ਮੰਜ਼ਿਲ ਤੱਕ ਦੇ ਜਿਹੜੇ ਸ਼ੋਰੂਮਸ ਹੈਗੇ ਨੇ, ਇਹਨਾਂ ਦੇ ਨਾ ਰੂਫ ਟੋਪ ਦੇ ਉੱਤੇ ਸਾਰੇ ਵਾਟਰ ਟੈਂਕਸ ਵਗੈਰਾ ਪਏ ਹੁੰਦੇ ਨੇ, ਤਾਂ ਬੰਦਾ ਸ਼ੋਰੂਮ 'ਚ ਬੈਠਦਾ ਤਾਂ ਵਧੀਆ ਲੁੱਕ ਨਹੀਂ ਆਉਂਦੀ। ਇਸ ਕਰਕੇ ਇਹ ਜਿਹੜਾ ਰੂਫ ਟੋਪ ਦੇ ਉੱਤੇ ਆਪਾਂ ਗ੍ਰੀਨ ਏਰੀਆ ਦਿੱਤਾ ਅਤੇ ਕੋਈ ਵਾਟਰ ਟੈਂਕ ਨਹੀਂ ਹੋਏਗਾ। ਕੀ ਬਾਤ ਹੈ ਜੀ, ਉੱਪਰ ਸਾਰੇ ਅੰਡਰ। ਹਾਂਜੀ ਸਰ ਬਿਲਕੁਲ ਸਰ, ਜਿਹੜੇ ਪਾਣੀ ਦੀ ਜਿਹੜੀ ਫੈਸਿਲਿਟੀ ਸਾਰੇ ਅੰਡਰਗਰਾਊਂਡ ਵਾਟਰ ਟੈਂਕ ਬਣੇ ਹੋਏ ਨੇ ਆਪਣਾ ਸਾਰੇ ਜਿਹੜੇ ਹੈਗੇ ਨੇ। ਅਤੇ ਮੈਮ ਜੇ ਗੱਲ ਕਰੀਏ ਨਾ, ਕਿਤੇ ਵੀ ਆਪਾਂ ਦੇਖਦੇ ਹਾਂ, ਕਿਸੇ ਵੀ ਆਪਾਂ ਆਊਟਲੈਟ ਮਾਰਕੀਟ 'ਚ ਜਾਂਦੇ ਹਾਂ, ਹਾਂਜੀ ਇੱਕ ਚੀਜ਼ ਅੱਜ ਦੇ ਟਾਈਮ 'ਚ ਕੀ ਹੈ ਨਾ, ਮਤਲਬ ਮਾਰਕੀਟ ਤਾਂ ਚੱਲਣੀ ਹੀ ਚੱਲਣੀ ਆ, ਕੋਈ ਵੀ ਕਿਤੇ ਬਣਦੀ ਹੈ ਕਿਉਂਕਿ ਲੋਕਾਂ ਨੇ ਜਾਣਾ, ਅੱਜ ਕੱਲ੍ਹ ਲੋਕਾਂ ਨੂੰ ਸ਼ੌਂਕ ਹੈ। ਪਰ ਇੱਕ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਵੀ ਆਪਾਂ ਗੱਡੀ ਅੰਦਰ ਐਂਟਰ ਕਰਦੇ ਹਾਂ ਤਾਂ ਉੱਥੇ ਭੀੜ ਭੜੱਕਾ ਆਉਂਦਾ, ਕਈ ਵਾਰ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ, ਉਹਦੇ ਲਈ ਵੀ ਆਪਾਂ ਉਹਨਾਂ ਨੂੰ ਕੀ ਕੀਤਾ? ਸਰ ਪਹਿਲਾਂ ਤਾਂ ਇਹ ਹੈ ਕਿ ਜਿਵੇਂ ਗੱਡੀ ਪ੍ਰੋਪਰਲੀ ਕਿੱਥੇ ਸਪੇਸ ਹੈਗੀ, ਗਾਰਡਸ ਆਪਾਂ ਪ੍ਰੋਪਰਲੀ ਰੱਖਾਂਗੇ ਜਿਹੜੀ ਚੀਜ਼ ਹੈਗੀ ਆ। ਦੂਸਰਾ ਸਰ ਡਬਲ ਬੇਸਮੈਂਟ, ਇਹਦੇ ਵਿੱਚ ਕਾਰ ਪਾਰਕਿੰਗ ਆ, ਸਰਫੇਸ ਕਾਰ ਪਾਰਕਿੰਗ ਵੀ ਹੈਗੀ ਆ ਸਰ। ਪ੍ਰੋਜੈਕਟ ਆਪਣੇ ਦਾ ਪਲੱਸ ਪੁਆਇੰਟ ਇਹ ਹੈ ਕਿ ਸਰ ਇਹ ਵਾਲਾ ਜਿਹੜਾ ਪ੍ਰੋਜੈਕਟ ਹੈ ਆਪਣਾ ਫਰੰਟ ਤੋਂ ਹਾਈਵੇ ਲੱਗਦਾ ਇਹਨੂੰ, ਬੈਕ ਸਾਈਡ 'ਤੇ ਇਹਨੂੰ ਜੀ ਬਲੋਕ ਦਾ ਸਾਰਾ ਬੀ ਰੋਡ ਲੱਗਦਾ, ਬੈਕ ਸਾਈਡ ਤੋਂ ਵੀ ਓਪਨ ਹੈਗਾ ਇਹ ਪ੍ਰੋਜੈਕਟ ਆਪਣਾ। ਮੰਨ ਲਓ ਕੋਈ ਬੰਦਾ ਫਰੰਟ ਤੋਂ ਐਂਟਰ ਕਰਦਾ, ਬੰਦੇ ਨੇ ਸਾਹਮਣੇ ਗੱਡੀ ਆਪਣੀ ਖੜੀ ਕੀਤੀ, ਸਮਾਨ ਲਿਆ ਅਤੇ ਆਪਣਾ ਚਲਾ ਗਿਆ। ਕੋਈ ਬੰਦਾ ਬੇਸਮੈਂਟ 'ਚੋਂ ਐਂਟਰ ਕਰਦਾ, ਉਹਦਾ ਘਰ ਬੈਕ ਸਾਈਡ 'ਤੇ ਆ ਅਤੇ ਬੇਸਮੈਂਟ ਵਿੱਚੋਂ ਬੈਕ ਸਾਈਡ ਤੋਂ ਹੀ ਐਗਜ਼ਿਟ ਮਾਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ ਸਰ, ਹਰ ਸਾਈਡ ਤੋਂ ਆਪਾਂ ਐਗਜ਼ਿਟ ਦਿੱਤੀ ਹੋਈ ਆ। ਠੀਕ ਹੈ ਜੀ। ਆਪਾਂ ਸਾਈਟ 'ਤੇ ਚੱਲਦੇ ਹਾਂ ਸਰ, ਸਾਈਟ 'ਤੇ ਚੱਲ ਕੇ ਤੁਹਾਨੂੰ ਮੈਂ ਪ੍ਰੋਪਰਲੀ ਬਰੀਫ ਕਰ ਦਿੰਦੀ ਹਾਂ ਪ੍ਰੋਜੈਕਟ ਕਿਹੜੀ ਜਗ੍ਹਾ 'ਤੇ ਕਿਹੜੀ ਚੀਜ਼ ਹੈਗੀ। ਮੈਮ ਇੱਕ ਇੱਥੇ ਹੋਰ ਸਵਾਲ ਆ ਜਾਂਦਾ, ਮੰਨ ਲਓ ਮੈਂ ਵੀ ਇਨਵੈਸਟ ਕਰਨਾ ਮੁਹਾਲੀ ਦੇ ਵਿੱਚ, ਤਾਂ ਮਤਲਬ ਇਹ ਆਪਸ਼ਨ ਆਪਣੀ ਖਤਮ ਹੀ ਹੋਗੀ ਕਿਉਂਕਿ ਜਿਹੜਾ ਏਅਰਪੋਰਟ ਰੋਡ ਹੈ ਉਹ ਸਭ ਨੂੰ ਪਤਾ ਵੀ ਆਉਣ ਵਾਲੇ ਟਾਈਮ 'ਚ ਕਿੰਨਾ ਇਹਨੇ ਬੂਮ ਕਰਨਾ ਹੈਗਾ। ਪਰ ਦੂਸਰੀ ਆਪਸ਼ਨ ਇਹ ਰਹਿ ਜਾਂਦੀ ਹੈ, ਹਰ ਕੋਈ ਸੋਚਦਾ ਮੈਂ ਫਲੈਟ ਲੈ ਲਾਂ, ਮੈਂ ਘਰ ਲੈ ਲਾਂ, ਮੈਂ ਪਲਾਟ ਲੈ ਲਾਂ, ਤਾਂ ਉਹਦੇ ਨਾਲੋਂ ਜੇ ਗੱਲ ਕਰੀਏ ਤਾਂ ਆਪਾਂ ਨੂੰ ਸ਼ੋਰੂਮ ਜਾਂ ਸ਼ੋਪਸ ਦਾ ਕੀ ਬੈਨੀਫਿਟ ਮਿਲਦਾ? ਜਿਵੇਂ ਸਰ ਆਪਾਂ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਦੀ ਡਿਫਰੈਂਸ ਦੀ ਗੱਲ ਕਰਦੇ ਹਾਂ, ਜੇ ਮੈਂ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਦੱਸਾਂ ਤਾਂ ਰੈਜ਼ੀਡੈਂਸ਼ੀਅਲ ਦੇ ਵਿੱਚ ਇੱਕ ਟਾਈਮ 'ਤੇ ਆ ਕੇ ਰੇਟ ਸਟੇਬਲ ਹੋ ਜਾਂਦਾ। ਠੀਕ, ਮੰਨ ਲਓ ਤੁਸੀਂ 1 ਕਰੋੜ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ, ਜਦੋਂ ਤੱਕ ਉਹ ਫਲੈਟ ਬਣਦਾ, ਜੇ ਆਪਾਂ ਉਹਦੀ ਰੈਂਟਲ ਵੈਲਿਊ ਦੇਖੀਏ ਤਾਂ 35-40 ਹਜ਼ਾਰ ਰੁਪਏ ਤਾਂ ਮੈਕਸੀਮਮ ਚੜ੍ਹਦਾ, ਰਾਈਟ? ਰੇਟ ਉਹਦੇ ਇੰਨੇ ਜ਼ਿਆਦਾ ਐਪਰੀਸ਼ੀਏਟ ਨਹੀਂ ਕਰਦੇ। ਜੇ ਆਪਾਂ ਕਮਰਸ਼ੀਅਲ ਦੀ ਗੱਲ ਕਰਦੇ ਹਾਂ, ਏਅਰਪੋਰਟ ਰੋਡ ਦੇ ਉੱਤੇ ਆਲਮੋਸਟ ਲੈਂਡ ਪੈਚ ਵੈਸੇ ਖਤਮ ਹੋ ਚੁੱਕਿਆ, ਜਿੰਨਾ ਵੀ ਤੁਸੀਂ ਦੇਖਿਆ ਕਿ ਸਰਾਊਂਡਿੰਗਸ ਦੇ ਵਿੱਚ ਇੰਨਾ ਜ਼ਿਆਦਾ ਲੈਂਡ ਪੈਚ ਬਚਿਆ ਨਹੀਂ ਹੈਗਾ। ਠੀਕ ਹੈ ਜੀ। ਜੇ ਤੁਸੀਂ ਅੱਜ ਇੱਥੇ 1 ਕਰੋੜ ਰੁਪਇਆ ਮੰਨ ਲਓ ਇਨਵੈਸਟ ਕਰਦੇ ਹੋ ਜੀ, ਇਹਦੇ ਤੱਕ ਜਦੋਂ ਤੱਕ ਇਹਦਾ ਪ੍ਰੋਜੈਕਟ ਡਿਲੀਵਰ ਹੋਣਾ, ਤਦ ਤੱਕ ਮੰਨ ਲਓ ਇਹਦੀ ਜਿਹੜੀ ਵੈਲਿਊ ਹੈਗੀ 1.5 ਕਰੋੜ ਰੁਪਏ ਤੱਕ ਚਲੀ ਜਾਂਦੀ ਹੈ, ਤਾਂ ਤੁਸੀਂ ਰੈਂਟਲ ਦੀ ਐਕਸਪੈਕਟੇਸ਼ਨ ਕਰ ਸਕਦੇ ਹੋ, ਕਿਉਂਕਿ ਇੱਥੇ ਸਰ 40-45 ਪੈਸੇ ਇਹਦੀ ਰੈਂਟਲ ਆਉਂਦੀ ਆਉਂਦੀ ਆ, ਮਤਲਬ 70-75 ਹਜ਼ਾਰ ਰੁਪਏ ਘੱਟੋ ਘੱਟ ਰੈਂਟਲ ਹੋ ਸਕਦੀ ਹੈ। ਠੀਕ ਹੈ, ਰਾਈਟ ਸਰ। ਰੈਜ਼ੀਡੈਂਸ਼ੀਅਲ ਦੇ ਤਾਂ ਰੇਟ ਇਹਦਾ ਆਲਮੋਸਟ, ਜੇ ਆਪਾਂ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਰੈਂਟਲ ਡਬਲ ਹੋ ਜਾਂਦੀ ਆ। ਦੂਸਰੀ ਇਹ ਸਰ, ਕਮਰਸ਼ੀਅਲ ਦੇ ਵਿੱਚ ਨਾ ਜਿਵੇਂ ਜਿਵੇਂ ਕਮਰਸ਼ੀਅਲ ਪੁਰਾਣਾ ਹੁੰਦਾ, ਉਵੇਂ ਉਵੇਂ ਕਸਟਮਰ ਵੱਧਦਾ, ਉਵੇਂ ਉਹਦੇ ਰੇਟ ਐਪਰੀਸ਼ੀਏਟ ਕਰਦੇ। ਰੈਜ਼ੀਡੈਂਸ਼ੀਅਲ ਇੱਕ ਟਾਈਮ 'ਤੇ ਆ ਕੇ ਸਟੇਬਲ ਹੋ ਜਾਂਦਾ ਅਤੇ ਉਹਦੀ ਐਪਰੀਸ਼ੀਏਸ਼ਨ ਹੋਣੀ ਸ਼ੁਰੂ ਹੋ ਜਾਂਦੀ। ਹਾਂਜੀ ਸਰ, ਤੁਹਾਨੂੰ ਥੋੜ੍ਹਾ ਸਾਈਟ ਦਾ ਬਰੀਫ ਕਰ ਦਿੰਦੀ ਹੈ। ਇਹ ਜਿਹੜਾ ਬਲੋਕ ਬਣ ਰਿਹਾ ਸਾਰਾ, ਜਿਹੜਾ 9x33 ਦੀਆਂ ਸ਼ੋਪਸ ਬਣਦੀਆਂ ਨੇ ਨਾ, ਇਹ ਸਾਰੇ ਉਹ ਬਲੋਕ ਬਣ ਰਿਹਾ, ਰਾਈਟ ਸਰ? ਇਹ ਜਿਹੜੇ ਸਾਈਡ ਦੇ ਬੈਕ ਸਾਈਡ 'ਤੇ ਹੈਗੇ, ਇਹ ਸਾਰੇ ਐਲ ਸ਼ੇਪ ਦੇ ਵਿੱਚ ਸਾਰੇ ਸ਼ੋਰੂਮਸ ਬਣ ਰਹੇ ਨੇ। ਠੀਕ ਹੈ ਮੈਮ। ਉਸ ਸਾਈਡ 'ਤੇ ਸਰ ਡਬਲ ਬੇਸਮੈਂਟ ਦਾ ਕੰਮ ਚੱਲ ਰਿਹਾ। ਠੀਕ ਹੈ ਜੀ। ਲੈਫਟ ਸਾਈਡ 'ਤੇ ਇਹ ਸਰ ਸਾਰੇ 14x50 ਦੇ ਸ਼ੋਰੂਮਸ ਬਣ ਰਹੇ ਨੇ। ਠੀਕ ਹੈ ਮੈਮ। ਜਿੱਥੇ ਆਪਾਂ ਰਾਈਟ ਨੂੰ ਖੜੇ ਹਾਂ, ਇਹਨਾਂ ਦੀ ਡਿਗਿੰਗ ਹੋਣੀ ਆ। ਇਹ 10x36 ਦੇ 2 ਬਲੋਕ ਬਣੇ ਨੇ, ਜਿਹੜੇ ਸ਼ੋਪਸ ਦੇ ਬਲੋਕ ਨੇ, ਆਉਣ ਵਾਲੇ ਟਾਈਮ ਦੇ ਵਿੱਚ ਬਣ ਜਾਣਗੇ। ਹਾਂਜੀ, ਜਿਹੜੇ ਸ਼ੋਪਸ ਦੇ ਬਲੋਕ ਨੇ ਜੀ। ਮੈਮ ਜੇ ਗੱਲ ਕਰੀਏ, ਹਾਂਜੀ, ਇੱਕ ਐਜ਼ ਏ ਇਨਵੈਸਟਰ ਮੈਂ ਇਨਵੈਸਟ ਕਰ ਲੈਣਾ ਜੀ, ਸਭ ਤੋਂ ਪਹਿਲਾਂ ਤਾਂ ਜੇ ਆਪਾਂ ਅਮਾਊਂਟ ਦੀ ਗੱਲ ਕਰੀਏ, ਕਿੰਨੇ ਤੋਂ ਆਪਣੇ ਜਿਹੜੇ ਸ਼ੋਪ ਜਾਣੇ, ਸ਼ੋਰੂਮ ਸਟਾਰਟਿੰਗ ਹੈ,
ਤੇ ਮੈਕਸੀਮਮ ਆਪਣੇ ਕੋਲ ਕੀ ਰੇਟ ਸਰ? ਜੇ ਆਪਾਂ ਸ਼ਾਰਟ ਚੀਜ਼ ਨੂੰ ਦੱਸੀਏ ਤਾਂ ਆਪਣੇ ਕੋਲ 1 ਕਰੋੜ ਰੁਪਏ ਤੋਂ ਸ਼ੁਰੂ ਹੋ ਜਾਂਦੀ ਆ, ਮੈਕਸੀਮਮ 15 ਕਰੋੜ ਰੁਪਏ ਤੱਕ ਦੀ ਇਨਵੈਸਟਮੈਂਟ ਹੈਗੀ ਆ। ਠੀਕ ਹੈ ਜੀ, 15 ਕਰੋੜ ਤੱਕ। ਬਾਕੀ ਸਰ ਆਪਾਂ ਕਲਾਇੰਟ ਨੂੰ ਫਲੈਕਸੀਬਲ ਪੇਮੈਂਟ ਪਲਾਨ ਦੇ ਦਿੰਦੇ ਆ ਕਿ ਜਿੱਦਾਂ ਆਪਣੀ ਮਿਨੀਮਮ ਜਿਹੜੀ ਬੁਕਿੰਗ ਹੈਗੀ ਉਹ 25% ਆਪਾਂ ਲੈਂਦੇ ਆ। ਠੀਕ ਹੈ ਜੀ, ਇਹ ਹੈਗਾ ਇਕੱਠਾ ਲੈਣਾ ਪਊਗਾ। ਹਾਂਜੀ, ਜਿੱਦਾਂ 2 ਸਾਲ ਦਾ ਆਪਣਾ ਪ੍ਰੋਜੈਕਟ ਹੈਗਾ ਘੱਟੋ ਘੱਟ, ਤੇ ਜਿਹੜਾ ਪੂਰੀ ਅਮਾਉਂਟ ਹੈਗੀ ਆ ਤੁਸੀਂ ਇੰਸਟਾਲਮੈਂਟ ਜਿਵੇਂ 25-25 ਕਰਕੇ ਤੁਸੀਂ ਦੇ ਸਕਦੇ ਹੋ ਲਾਸਟ ਤੱਕ। ਠੀਕ ਹੈ ਜੀ। ਤੇ ਉਹਦੇ ਵਿੱਚ ਇਨ ਬਿਟਵੀਨ ਕਈ ਕਸਟਮਰਸ ਇਦਾਂ ਦੇ ਹੁੰਦੇ ਨੇ ਇਨ ਬਿਟਵੀਨ ਉਹਨਾਂ ਨੂੰ ਲੱਗਦਾ ਕਿ ਅਸੀਂ ਐਗਜ਼ਿਟ ਕਰਨਾ, ਤੇ ਵਿਦ ਐਪਰੀਸੀਏਸ਼ਨ ਜੇ ਉਹ ਮਾਰਕੀਟ 'ਚ ਵੀ ਦਿੰਦੇ ਨੇ ਤਾਂ ਉਹ ਬਹੁਤ ਅੱਛੀ ਐਪਰੀਸੀਏਸ਼ਨ ਦੇ ਨਾਲ ਉਹਨੂੰ ਸੇਲ ਆਊਟ ਵੀ ਕਰ ਸਕਦੇ ਨੇ। ਜੀ ਮੈਮ, ਇਹ ਵੀ ਇੱਕ ਬਹੁਤ ਵਧੀਆ ਤੁਸੀਂ ਗੱਲ ਦੱਸੀ ਆ। ਹੁਣ ਅਮਾਊਂਟ ਵੀ ਆਪਾਂ ਨੂੰ ਫਾਈਨਲ ਆ, ਲੋਕੇਸ਼ਨ ਵੀ ਫਾਈਨਲ ਆ, ਜਿਵੇਂ ਇੱਕ ਐਜ਼ ਏ ਇਨਵੈਸਟਰ ਮੈਂ ਇਨਵੈਸਟ ਕਰ ਵੀ ਲੈਣਾ, ਪਰ ਜੇ ਦੇਖੀਏ ਵੀ ਮੋਹਾਲੀ ਆ ਜਿਹੜਾ, ਇੱਧਰ ਹਿਮਾਚਲ ਵੀ ਨੇੜੇ ਆ, ਹਰਿਆਣਾ ਵੀ ਨੇੜੇ ਆ, ਪੰਜਾਬ ਤਾਂ ਹੈ ਹੀ ਹੈ ਵਿੱਚ, ਅਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਮੈਂ ਉਹਨੂੰ ਰੈਂਟ ਆਊਟ ਕਰ ਸਕਾਂ, ਉਹਨੂੰ ਲੀਜ਼ਿੰਗ 'ਤੇ ਕਰ ਸਕਾਂ, ਉਹਦੇ ਲਈ ਵੀ ਕੋਈ ਆਪਣੀ ਸਪੋਰਟ? ਬਿਲਕੁਲ ਬਿਲਕੁਲ ਸਰ, ਜੇ ਸਾਡੇ ਨਾਲ ਕੋਈ ਬੰਦਾ ਲਾਸਟ ਤੱਕ ਐਂਡ ਯੂਜ਼ਰ ਸਾਨੂੰ ਕਨਫਰਮ ਹੋ ਜਾਂਦਾ ਕਿ ਇਹ ਬੰਦਾ ਐਂਡ ਯੂਜ਼ਰ ਹੈਗਾ, ਇਹਨੇ ਸਾਡੇ ਨਾਲ ਲੌਂਗ ਟਰਮ ਚੱਲਣਾ, ਤਾਂ ਡੈਫੀਨੇਟਲੀ ਅਸੀਂ ਉਹਨੂੰ ਜਿਹੜੀ ਲੀਜ਼ਿੰਗ ਅਸਿਸਟੈਂਸ ਕਰਕੇ ਦਿੰਦੇ ਹਾਂ, ਕਲਾਇੰਟ ਦੇ ਅਕੋਰਡਿੰਗ ਹੀ ਅਸੀਂ ਟਾਈਪ ਕਰਾ ਦਿੰਦੇ ਹਾਂ ਜਿਹਨਾਂ ਨੂੰ ਜਿਹੜੀਆਂ ਅਸੀਂ ਕੰਪਨੀ ਹਾਇਰ ਕੀਤੀਆਂ ਨੇ, ਵੀ ਤੁਸੀਂ ਰੈਂਟਲ ਦੇ ਲਈ ਪੂਰੀ ਹੈਲਪ ਕਰਦੇ ਹਾਂ, ਕਿਉਂਕਿ ਸਰ ਮਾਰਕੀਟ ਨੂੰ, ਸਾਡੇ ਬਿਲਡਰ ਦਾ ਪਲਾਨ ਡਿਫਰੈਂਟ ਹੈ, ਉਹਨਾਂ ਨੂੰ ਇਹ ਹੈ ਕਿ ਮਾਰਕੀਟ ਨੂੰ ਬਣਾ ਕੇ ਇਸ ਮਾਰਕੀਟ ਨੂੰ ਚਲਾਉਣਾ ਵੀ ਆ। ਠੀਕ ਹੈ ਜੀ, ਉਹ ਇੱਕ ਬਿਲਡਰ ਦੇ ਹੱਥ 'ਚ ਹੀ ਹੁੰਦਾ ਕਿ ਤੁਸੀਂ ਮਾਰਕੀਟ ਨੂੰ, ਇੱਕ ਹੁੰਦਾ ਆਪਾਂ ਸੇਲ ਆਊਟ ਕਰਕੇ ਛੱਡਤਾ, ਸਿਰਫ ਟ੍ਰੇਡਿੰਗ ਕਰਤੀ, ਸਾਡਾ ਉਹ ਕਨਸੈਪਟ ਨਹੀਂ ਹੈਗਾ। ਠੀਕ ਹੈ, ਬਿਲਕੁਲ ਲੌਂਗ ਟਰਮ ਐਂਡ ਯੂਜ਼ਰ ਨੂੰ ਬੈਨੀਫਿਟ ਦੇਣਾ। ਬਿਲਕੁਲ ਸਰ, ਬੈਨੀਫਿਟ 100% ਦਵਾਂਗੇ ਜੀ। ਕਿਹੜੀ ਚੀਜ਼ ਮੈਮ? ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਸਮਾਂ ਦਿੱਤਾ ਤੇ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ। ਤੇ ਲਓ ਵੀ ਦੋਸਤੋ, ਸਾਰਾ ਜਿਵੇਂ ਆਪਾਂ ਐਰੋਪਲਾਜ਼ਾ ਬਾਰੇ ਜਾਣਕਾਰੀ ਲਈ, ਆਉਣ ਵਾਲੇ ਸਮੇਂ ਦੇ ਵਿੱਚ ਐਰੋਪਲਾਜ਼ਾ ਜਿਹੜਾ ਤੁਹਾਨੂੰ ਏਅਰਪੋਰਟ ਰੋਡ ਤੇ ਦੇਖਣ ਨੂੰ ਮਿਲਣਾ ਹੈਗਾ, ਪਰ ਜੇ ਤੁਸੀਂ ਆਪਣੀ ਇਨਵੈਸਟਮੈਂਟ ਜਾਂ ਆਪਣਾ ਜੇ ਕਹਿੰਦੇ ਹੋ ਵੀ ਹਾਈਐਸਟ ਰਿਟਰਨ ਲੈਣਾ ਚਾਹੁੰਦੇ ਨਾ, ਇੱਕ ਵਾਰ ਇੱਥੇ ਵੇਟ ਜ਼ਰੂਰ ਕਰਿਓ। ਸਕਰੀਨ 'ਤੇ ਮੈਂ ਨੰਬਰ ਵੀ ਦਿੱਤਾ, ਤੁਸੀਂ ਨੰਬਰ 'ਤੇ ਕਾਲ ਕਰ ਸਕਦੇ ਹੋ। ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਫਲੈਕਸੀਬਲ ਪੇਮੈਂਟ ਦੀ ਆਪਸ਼ਨ ਵੀ ਇੱਥੇ ਦਿੱਤੀ ਹੋਈ ਆ, ਰੈਂਟ ਲਈ ਵੀ ਤੁਹਾਨੂੰ ਜਿਹੜਾ ਅਸਿਸਟੈਂਟ ਮਿਲਣੀ ਹੈਗੀ, ਅਤੇ ਹੋਰ ਸਾਰੀਆਂ ਆਪਸ਼ਨਾਂ ਜੋ ਲਗਭਗ ਅਸੀਂ ਡਿਸਕਸ ਕੀਤੀਆਂ ਨੇ, ਅਤੇ ਅੱਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਸਮੇਂ 'ਤੇ ਇਹਦੀਆਂ ਵੀਡੀਓ ਆਪਾਂ ਪਾਉਂਦੇ ਰਹਾਂਗੇ। ਧੰਨਵਾਦ ਦੋਸਤੋ।